ਜੇਲ੍ਹ ਦੇ ਅੰਦਰੋਂ ਕੁਝ ਬਾਹਰ ਆ ਜਾਣਾ ਇਸ ਤਰ੍ਹਾਂ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਚਿੱਠੀਆਂ ਵਗਾਰਾ ਲਿਖਿਆ ਕਰਦੇ ਸੀ ਜੇਲ੍ਹ ਦੇ ਵਿੱਚੋਂ ਗੱਤੀ ਉਹਨਾਂ ਨੂੰ ਕੁਝ ਸਹੂਲਤਾਂ ਹੁੰਦੀਆਂ ਨੇ ਕੁਝ ਉਹਨਾਂ ਦੇ ਬੁਨਿਆਦੀ ਹੱਕ ਹੁੰਦੇ ਨੇ ਪਰ ਵੀਡੀਓ ਜਾਰੀ ਹੋ ਜਾਣੀ ਤੇ ਵੀਡੀਓ ਤੇ ਇੰਟਰਵਿਊ ਹੋ ਜਾਣੀ ਬਹੁਤ ਵੱਡੀ ਗੱਲ ਹੈ ਇੰਟਰਵਿਊ ਹੋ ਜਾਣੀ ਆਪਣੇ ਆਪ ਦੇ ਵਿੱਚ ਸਾਡੇ ਸਿਸਟਮ ਦੀ ناکامی ਨੂੰ ਪ੍ਰਦਰਸ਼ਿਤ ਕਰਦਾ ਹੈ ਪਹਿਲਾਂ ਵੀ ਇੰਟਰਵਿਊਜ਼ ਹੋਈਆਂ ਨੇ ਪੁਰਾਣੇ ਸਮਿਆਂ ਦੇ ਵਿੱਚ ਵੀ ਲਿਖਤੀ ਮੌਖਮਾਨੀ ਜਾਂ ਆਡੀਓ ਇਸ ਤਰ੍ਹਾਂ ਦੇ ਇੰਟਰਵਿਊ ਹੋਈਆਂ ਨੇ ਪਰ ਇਹ ਇਸ ਲੈਵਲ ਦੇ ਬੰਦੇ ਦੀ ਜਿਹੜਾ ਇੰਨੇ ਕਤਲਾਂ ਦੇ ਵਿੱਚ ਸ਼ਾਮਲ ਹੋਵੇ ਤੇ ਇੱਕ ਪੂਰਾ ਨੈਟਵਰਕ ਉਸਨੇ ਬਣਾਇਆ ਹੋਵੇ ਤੇ ਭਾਰੀ ਸੁਰੱਖਿਆ ਦੇ ਵਿੱਚ ਹੋਵੇ ਜਿਹੜਾ ਕੁਝ ਮਹੀਨੇ ਪਹਿਲਾਂ ਇਹ ਕਹਿ ਰਿਹਾ ਸੀ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਕਿ ਮੈਨੂੰ ਪੰਜਾਬ ਨਾ ਭੇਜੋ ਮੇਰੀ ਜਾਨ ਨੂੰ ਖਤਰਾ ਹੈ ਉੱਥੇ ਉਹ ਅੱਜ ਫੋਨ ਫੜ ਕੇ ਤੇ ਵੀਡੀਓ ਤੇ ਇੰਟਰਵਿਊ ਦੇ ਰਿਹਾ ਬੰਦੀ ਮੰਡੀਆਂ ਗੱਲਾਂ ਕਰ ਰਿਹਾ ਪਰ ਸਿੱਧੇ ਤੌਰ ਤੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਉਹ ਕਹਿੰਦਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਪਲਾਨਿੰਗ 1 ਸਾਲ ਤੋਂ ਕੀਤੀ ਜਾ ਰਹੀ ਸੀ ਤੇ ਗੋਲਡੀ ਬਰਾੜ ਨੇ ਸਾਰੀ ਪਲਾਨਿੰਗ ਕੀਤੀ ਹੈ। ਅੱਗੇ ਉਹ ਕਹਿੰਦਾ ਕਿ ਸਿੱਧੂ ਮੂਸੇਵਾਲੇ ਦਾ ਪੁਲਿਸ ਦੇ ਉੱਪਰ ਵੱਡਾ ਪ੍ਰਭਾਵ ਸੀ। ਤੇ ਵਿਰੋਧੀ ਗੈਂਗ ਜਿਹੜੇ ਹੈਗੇ ਉਹਨਾਂ ਨੂੰ ਤਕੜਿਆ ਕਰ ਰਿਆ ਸੀ। ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਸਾਡਾ ਹੋਰ ਕੋਈ ਲੈਣਾ ਦੇਣਾ ਨਹੀਂ ਨਾ ਅਸੀਂ ਉਹਨੂੰ ਕੋਈ ਹੋਰ ਧਮਕੀਆਂ ਦੇ ਰਹੇ ਪਰ ਉਹ ਸਾਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਉਹ ਕਹਿੰਦਾ ਕਿ ਇੱਥੇ ਖਾਲਿਸਤਾਨ ਦੀ ਮੈਂ ਕੋਈ ਮਦਦ ਨਹੀਂ ਕਰਦਾ। ਮੇਰੇ ਲਈ ਖਾਲਿਸਤਾਨ ਕੁਛ ਨਹੀਂ ਹੈ। ਮੈਂ ਇੰਡੀਆ ਨਾ ਕਿ ਜਿਹੜੇ ਮੌਜੂਦਾ ਠੇਕੇ ਨੇ ਉਹਨਾਂ ਦਾ ਸਿਸਟਮ ਸਾਰਿਆਂ ਨੂੰ ਪਤਾ ਹੈ ਕਿ ਭਾਵੇਂ ਅੰਦਰ ਕਰੋੜਾਂ ਦੀ ਸ਼ਰਾਬ ਪਈ ਹੋਵੇ ਭਾਵੇਂ ਕੋਈ 5000 ਦੀ ਬੋਤਲ ਲੈਣ ਗਿਆ ਹੋਵੇ ਤੇ ਉਸ ਨੂੰ ਉਹ ਲੋਹੇ ਦੇ ਜੰਗਲੇ ਦੇ ਵਿੱਚੋਂ ਦੀ ਦੋ ਤਿੰਨ ਮੋਗੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਦੀ ਹੱਥ ਪਾ ਕੇ ਤੇ ਚੀਜ਼ ਆਪਣੀ ਜਿਹੜੀ ਖਰੀਦਣੀ ਪੈਂਦੀ ਹੈ ਅਕਸ਼ੇ ਸ਼ਾਫੜਾ ਇਸ ਵੇਲੇ ਕਾਨੂੰਨ ਦੀ ਗ੍ਰਿਫਤ ਵਿੱਚ ਹੈ ਉਹਨੇ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਹੈ ਐਸੇ 42 ਪ੍ਰਾਪਰਟੀਆਂ ਆਈਡੈਂਟੀਫਾਈ ਹੋਈਆਂ ਜੋ ਰੱਗ ਦੇ ਪੈਸੇ ਨਾਲ ਬਣਾਈਆਂ ਹੋ ਸਕਤੀਆਂ ਨੇ ਯਾਰ ਨੂੰ ਪਤਾ ਹੈ ਕਿ ਰਾਮ ਰਹੀਮ ਨੂੰ ਪ੍ਰੋਲ ਦੇਣ ਦੇ ਮੁੱਦੇ ਤੇ ਮਨੀਸ਼ਾ ਗੁਲਾਟੀ ਦਾ ਸਟੈਂਡ ਜਿਹੜਾ ਸੀ ਉਹਨੂੰ ਨਹੀਂ ਪਸੰਦ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਨਿਯੁਕਤ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਹੁਣ ਖੁਦ ਭਾਜਪਾ ਵਿੱਚ ਨੇ ਤੇ ਇਹ ਬੀਬੀ ਜੀ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਖਬਰਾਂ ਤੇ ਚਰਚਾ ਕਰਦੇ ਹਾਂ ਆਪਣੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਹੀਰ ਖੋਰਾ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਕੁਲਦੀਪ ਜੀ ਬਹੁਤ-ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਮਣਜੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਜੀ ਬੀਤੇ ਦਿਨੀ ਲਾਰੈਂਸ ਬਿਸ਼ਨੋਈ ਨਾਮੀ ਗੈਂਗਸਟਰ ਦੀ ਇੱਕ ਜੇਲ੍ਹ ਦੇ ਵਿੱਚ ਬੈਠੇ ਦੀ ਇੰਟਰਵਿਊ ਹੋ ਜਾਂਦੀ ਹੈ ਇਹ ਇੰਟਰਵਿਊ ਬਹੁਤ ਚਰਚਾ ਦੇ ਵਿੱਚ ਹੈ ਤੇ ਨਾਲ ਦੀ ਨਾਲ ਕੀ ਇਹ ਹੋਣਾ ਜਾਇਜ਼ ਹੈ ਕਿਉਂਕਿ ਭਾਰੀ ਸੁਰੱਖਿਆ ਦੇ ਵਿੱਚ ਕਿਸ ਤਰ੍ਹਾਂ ਫੋਨ ਅੰਦਰ ਗਿਆ ਕਿਸ ਤਰ੍ਹਾਂ ਇੰਟਰਵਿਊ ਹੋਈ ਮੜੀ ਗੱਲ ਇਸ ਤਰ੍ਹਾਂ ਆ 100 ਸਵਾਲ ਖੜੇ ਹੁੰਦੇ ਨੇ ਇੱਕ ਨਹੀਂ 100 ਸਵਾਲ ਕਿੱਥੇ ਇੰਟਰਵਿਊ ਹੋ ਸਕਦੀ ਹੈ ਇਸ ਤਰ੍ਹਾਂ ਦੇ ਗੈਂਗਸਟਰਾਂ ਨੂੰ ਜਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਕੋਟਰੀਆਂ ਦੇ ਵਿੱਚ ਰੱਖਿਆ ਜਾਂਦਾ ਜੋ ਇੱਕ ਛੋਟੀ ਕੋਠੀ ਤੋਂ ਲੈ ਕੇ ਇੱਕ ਵੱਡਾ ਕਮਰਾ ਇੱਕ ਸੁਰੱਖਿਅਤ ਕਮਰਾ ਹੁੰਦਾ ਜਿਹੜਾ ਉਹ ਵੀ ਹੋ ਸਕਦਾ ਇਕੱਲੇ ਦਾ ਵੀ ਹੋ ਸਕਦਾ ਉਸ ਦੇ ਨਾਲ ਹੋਰ ਉਹਦੇ ਸਾਥੀ ਵੀ ਹੋ ਸਕਦੇ ਨੇ ਜੇਲ੍ਹ ਦੇ ਅੰਦਰ ਕੀ ਹੈ ਤਾਂ ਜੇਲ੍ਹ ਵਿੱਚ ਜਾਣ ਵਾਲੇ ਨੂੰ ਪਤਾ ਜਾਂ ਲਾਰੈਂਸ ਬਿਸ਼ਨੋਏ ਨੂੰ ਪਤਾ ਹੋਏਗਾ ਜਾਂ ਅਫਸਰਾਂ ਨੂੰ ਪਤਾ ਹੋਏਗਾ ਜੇਲ੍ਹ ਦੇ ਅੰਦਰੋਂ ਕੁਝ ਬਾਹਰ ਆ ਜਾਣਾ ਇਸ ਤਰ੍ਹਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਚਿੱਠੀਆਂ ਵਗਾਰਾ ਲਿਖਿਆ ਕਰਦੇ ਸੀ ਜੇਲ੍ਹ ਦੇ ਵਿੱਚੋਂ ਵਿਅਕਤੀ ਉਹਨਾਂ ਨੂੰ ਕੁਝ ਸਹੂਲਤਾਂ ਹੁੰਦੀਆਂ ਨੇ ਕੁਝ ਉਹਨਾਂ ਦੇ ਬੁਨਿਆਦੀ ਹੱਕ ਹੁੰਦੇ ਨੇ ਪਰ ਵੀਡੀਓ ਜਾਰੀ ਹੋ ਜਾਣੀ ਤੇ ਵੀਡੀਓ ਤੇ ਇੰਟਰਵਿਊ ਹੋ ਜਾਣੀ ਬਹੁਤ ਵੱਡੀ ਗੱਲ ਹੈ ਜੀ ਮੈਂ ਇੱਕ ਵਿੱਚ ਇਹ ਦੱਸ ਦੇਵਾਂ ਕਿ ਇਸ ਵਿੱਚ ਬਹੁਤ ਸਾਰੇ ਲੋਕ ਇਹ ਸਮਝਣ ਕਿ ਪੱਤਰਕਾਰ ਨੂੰ ਵੀ ਫੜਨਾ ਚਾਹੀਦਾ ਪੱਤਰਕਾਰ ਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ ਉਸ ਨੂੰ ਕਿਤੇ ਵੀ ਕੋਈ ਵੀ ਫੋਨ ਆ ਸਕਦਾ ਇੰਟਰਵਿਊ ਹੋ ਗਈ ਹੈ ਨਾਮੀਗ੍ਰਾਮੀ ਚੈਨਲ ਤੇ ਇੱਕ ਵੱਡੇ ਪੱਤਰਕਾਰ ਨੇ ਕੀਤੀ ਹੈ ਪਰ ਉਸ ਇੰਟਰਵਿਊ ਕਰਵਾਉਣ ਦੇ ਵਿੱਚ ਕਿਸ ਦਾ ਹੱਥ ਹੈ ਇਹਦੀ ਜਾਂਚ ਜਿਹੜੀ ਆ ਹੋ ਸਕਦਾ ਹੋਵੇ ਤੇ ਹੋ ਸਕਦਾ ਨਾ ਹੋਵੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਤੇ ਜਿੰਨਾ ਦਬਾਅ ਹੈ ਉਹ ਹੋਵੇਗੀ ਕੀ ਉਹ ਜੇਲ ਕੋਠੀ ਦੇ ਵਿੱਚੋਂ ਹੋਈ ਹੈ ਲੱਗਦਾ ਨਹੀਂ ਉਹ ਸੈਟਅਪ ਜਿਸ ਤਰ੍ਹਾਂ ਦਾ ਲੱਗਦਾ ਨਹੀਂ ਕਿ ਕੋਠੜੀ ਦੇ ਅੰਦਰੋਂ ਜਾਂ ਜੇਲ ਸੁਪਰਡੈਂਟ ਦੇ ਕਮਰੇ ਦੇ ਵਿੱਚੋਂ ਹੋਈ ਹੈ ਉਹਦੇ ਆਫਿਸ ਦੇ ਵਿੱਚੋਂ ਹੋਈ ਹੈ ਮੁਲਾਕਾਤ ਹੀ ਆਫਿਸ ਦੇ ਵਿੱਚੋਂ ਹੋਈ ਹੈ ਜहां ਜਦੋਂ ਉਸ ਨੂੰ ਪੇਸ਼ੀ ਤੇ ਲਿਆਂਦਾ ਗਿਆ ਤਾਂ ਉੱਥੇ ਕੁਝ ਕਮਰੇ ਵਗੈਰਾ ਬਣਾਏ ਹੁੰਦੇ ਨੇ ਜਿੱਥੇ ਇਸ ਤਰ੍ਹਾਂ ਦੇ ਕੇਦੀਆਂ ਨੂੰ ਇਕੱਲੇ ਜਾਂ ਬਾਕੀ ਕੇਦੀਆਂ ਨਾਲ ਰੱਖਿਆ ਜਾਂਦਾ ਰੌਲਾ ਰੱਪਾ ਵੀ ਉੱਥੇ ਹੁੰਦਾ ਪਰ ਬੜਾ ਸ਼ਾਂਤ ਜਿਹਾ ਮਾਹੌਲ ਹੈ ਜਿੱਥੇ ਉਹ ਬੈਠਾ ਹੋਇਆ ਜੀ ਇਹਨਾਂ ਸਾਰੇ ਚ ਕੁਝ ਵੀ ਹੋ ਸਕਦਾ ਪਰ ਇੰਟਰਵਿਊ ਹੋ ਜਾਣੀ ਆਪਣੇ ਆਪ ਦੇ ਵਿੱਚ ਸਾਡੇ ਸਿਸਟਮ ਦੀ ناکامی ਨੂੰ ਪ੍ਰਦਰਸ਼ਿਤ ਕਰਦਾ ਹੈ ਪਹਿਲਾਂ ਵੀ ਇੰਟਰਵਿਊਜ਼ ਹੋਈਆਂ ਨੇ ਪੁਰਾਣੇ ਸਮੇਂ ਦੇ ਵਿੱਚ ਵੀ ਲਿਖਤੀ ਮੌਖਵਾਨੀ ਜਾਂ ਆਡੀਓ ਇਸ ਤਰ੍ਹਾਂ ਦੀ ਇੰਟਰਵਿਊ ਹੋਈਆਂ ਨੇ ਪਰ ਇਹ ਇਸ ਲੈਵਲ ਤੇ ਬੰਦੇ ਦੀ ਜਿਹੜਾ ਇੰਨੇ ਕਤਲਾਂ ਦੇ ਵਿੱਚ ਸ਼ਾਮਲ ਹੋਵੇ ਤੇ ਇੱਕ ਪੂਰਾ ਨੈਟਵਰਕ ਉਸਨੇ ਬਣਾਇਆ ਹੋਵੇ ਤੇ ਭਾਰੀ ਸੁਰੱਖਿਆ ਦੇ ਵਿੱਚ ਹੋਵੇ ਜਿਹੜਾ ਕੁਝ ਮਹੀਨੇ ਪਹਿਲਾਂ ਇਹ ਕਹਿ ਰਿਹਾ ਸੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਕਿ ਮੈਨੂੰ ਪੰਜਾਬ ਨਾ ਭੇਜੋ ਮੇਰੀ ਜਾਨ ਨੂੰ ਖਤਰਾ ਹੈ ਉੱਥੇ ਉਹ ਅੱਜ ਫੋਨ ਫੜ ਕੇ ਤੇ ਵੀਡੀਓ ਤੇ ਇੰਟਰਵਿਊ ਦੇ ਰਿਹਾ ਬੜੀਆਂ-ਬੜੀਆਂ ਗੱਲਾਂ ਕਰ ਰਿਹਾ ਸੋ ਆਪਣੇ ਆਪ ਦੇ ਵਿੱਚ ਇਸ ਸਿਸਟਮ ਦੀ ਨਾਕਾਮੀ ਹੈ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੇ ਉੱਤੇ ਜੇਲ੍ਹ ਪ੍ਰਸ਼ਾਸਨ ਤੇ ਵੱਡਾ ਸਵਾਲੀਆ ਚਿੰਨ ਹੈ ਮੈਂ ਉਹਨਾਂ ਨੂੰ ਪੁੱਛਦਾ ਕਿ ਜਿਸ ਤਿਹਾਰ ਜੇਲ੍ਹ ਦੇ ਵਿੱਚ ਲੋਰੈਂਸ ਬਿਸ਼ਨੋਈ ਪਹਿਲਾ ਸੀ ਤੇ ਸਾਰਾ ਨੈਟਵਰਕ ਚਲਾ ਰਿਹਾ ਸੀ ਉਹ ਕਿਸ ਦੀ ਜ਼ਿੰਮੇਵਾਰੀ ਸੀ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਗ੍ਹਾ ਤੇ ਜ਼ਿਲ੍ਹਾ ਦੇ ਹਾਲਤ ਜਿਹੜੀ ਆ ਉਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਕਿਵੇਂ ਕੰਮ ਚੱਲਦਾ ਸੋ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਣਾ ਜੇਲ੍ਹ ਦੇ ਵਿੱਚੋਂ ਬਹੁਤ ਵੱਡੀ ਗੱਲ ਹੈ ਤੇ ਬਹੁਤ ਵੱਡਾ ਸਵਾਲ ਹੈ ਚਿੰਨਾ ਇਕੱਲੇ ਪੰਜਾਬ ਤੇ ਨਹੀਂ ਪੂਰੇ ਭਾਰ ਦੀਆਂ ਜ਼ਿਲ੍ਹਿਆਂ ਵਿੱਚ ਇਹੋ ਜਿਹਾ ਸਿਸਟਮ ਹੈ ਕ੍ਰਪਟ ਸਿਸਟਮ ਜਿਹੜਾ ਇਹੋ ਜਿਹੀਆਂ ਗੱਲਾਂ ਨੂੰ ਜਨਮ ਦਿੰਦਾ ਹੈ ਕੁਲਦੀਪ ਜੀ ਇੰਟਰਵਿਊ ਦੀ ਤਾਂ ਗੱਲ ਹੋ ਗਈ ਹੈ ਪਰ ਨਾਲ ਦੀ ਨਾਲ ਲਾਰੈਂਸ ਬਿਸ਼ਨੋਏ ਨੇ ਇੰਟਰਵਿਊ ਦੇ ਵਿੱਚ ਕਿਹਾ ਕੀ ਹੈ ਲਾਰੈਂਸ ਬਿਸ਼ਨੋਏ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਨੇ ਉਹਨੇ ਸਾਰੇ ਖੁਲਾਸੇ ਕੀਤੇ ਨੇ ਜੀ ਪਰ ਸਿੱਧੇ ਤੌਰ ਤੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਜੀ ਉਹ ਕਹਿੰਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਪਲਾਨਿੰਗ 1 ਸਾਲ ਤੋਂ ਕੀਤੀ ਜਾ ਰਹੀ ਸੀ ਤੇ ਗੋਲਡੀ ਬਰਾੜ ਨੇ ਸਾਰੀ ਪਲਾਨਿੰਗ ਕੀਤੀ ਹੈ ਲੋਰੈਂਸ ਨੂੰ ਇਹਦਾ ਪਤਾ ਸੀ ਕਿ ਪਲਾਨਿੰਗ ਹੋ ਰਹੀ ਹੈ ਪਰ ਇਹ ਉਹਦੀ ਆਪਣੀ ਪਲਾਨਿੰਗ ਨਹੀਂ ਸੀ ਉਹਨੂੰ ਤੇ ਬਾਅਦ ਵਿੱਚ ਕੈਨੇਡਾ ਤੋਂ ਫੋਨ ਆਉਂਦਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਫਿਰ ਉਹ ਗੱਲ ਦੇਖੋ ਕਿ ਫੋਨ ਆਉਂਦਾ ਹੈ ਪਲਾਨਿੰਗ ਕਹਿੰਦਾ ਹੈ ਕਿ ਜਿਹੜੀ ਗੁਰਲਾਲ ਬਰਾੜ ਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਹੋਈ ਹੈ ਕਿਉਂਕਿ ਸਾਨੂੰ ਲੱਗਦਾ ਸੀ ਕਿ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਸ਼ਾਮਲ ਹੈ ਤੇ ਉਹ ਲੋਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗਾਂ ਨੂੰ ਸਪੋਰਟ ਕਰਦਾ ਸੀ ਮਦਦ ਕਰਦਾ ਸੀ ਅੱਗੇ ਉਹ ਕਹਿੰਦਾ ਕਿ ਸਿੱਧੂ ਮੂਸੇਵਾਲੇ ਦਾ ਪੁਲਿਸ ਤੇ ਉੱਪਰ ਵੱਡਾ ਪ੍ਰਭਾਵ ਸੀ ਤੇ ਵਿਰੋਧੀ ਗੈਂਗ ਜਿਹੜੇ ਹੈਗੇ ਉਹਨਾਂ ਨੂੰ ਤਕੜਿਆ ਕਰ ਰਿਹਾ ਸੀ ਪਲਾਨਿੰਗ ਗੋਲਦੀਪਰਾੜ ਨੇ ਕੀਤੀ ਸਚਨ ਵਿਸ਼ਨੋਈ ਨੇ ਕੀਤੀ ਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਪਹਿਲਾਂ ਸਿੱਧੂ ਤੇ ਵਿਸ਼ਨੋਈ ਗੈਂਗ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਸੀ ਕੋਈ ਦੁਸ਼ਮਣੀ ਨਹੀਂ ਸੀ ਉਹਨੇ ਇਹ ਵੀ ਕਿਹਾ ਕਿ ਲੋਰੈਂਸ ਬਿਸ਼ਨੋਈ ਦਾ ਉਸ ਦਾ ਆਪਣਾ ਗੈਂਗ ਹੁਣ ਗੋਲਡੀ ਬਰਾੜ ਚਲਾ ਰਿਹਾ ਸਿੱਧੂ ਮੂਸੇਵਾਲੇ ਦੇ ਕਤਲ ਵਾਸਤੇ ਪੈਸੇ ਤੇ ਹਥਿਆਰ ਉਹ ਸ਼ਰਾਬ ਦੇ ਧੰਦੇ ਦੇ ਵਿੱਚੋਂ ਤੇ ਲੋਕਾਂ ਕੋਲੋਂ ਫਰੋਤੀਆਂ ਲੈਣ ਤੋਂ ਬਾਅਦ ਹੋਏ ਤੇ ਉਸ ਦੇ ਕੋਲ ਹਥਿਆਰ ਜਿਹੜੇ ਉਸ ਨੂੰ ਮਾਰਨ ਵਾਸਤੇ ਲੈਂਦੇ ਗਏ ਯੂਪੀ ਤੋਂ ਆਏ ਸੀ ਔਰ ਸਚਿੰਦ ਦੇ ਪੁਰਾਣੇ ਕੁਝ ਸੰਬੰਧੀ ਸੀ ਸਚਿੰਦ ਬਿਸ਼ਨੋਈ ਦੇ ਉਹਨਾਂ ਨੇ ਹਥਿਆਰ ਜਿਹੜੇ ਸੀ ਮੁਹੱਈਆ ਕਰਵਾਏ ਅੱਗੇ ਗੱਲ ਉਹ ਕਹਿੰਦਾ ਕਿ ਮੂਸੇ ਵਾਲੇ ਦੇ ਤੋਂ ਅਲਾਗ ਵਾਬ ਜਿਹੜੀ ਉਹ ਗੱਲ ਕਰਦਾ ਉਹ ਕਹਿੰਦਾ ਕਿ ਸਲਮਾਨ ਖਾਨ ਨੇ ਬਿਸ਼ਨੋਈ ਭਾਈਚਾਰੇ ਨੂੰ ਬਦਨਾਮ ਕੀਤਾ ਤੇ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਤੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਹੈ ਤੇ ਸਲਮਾਨ ਖਾਨ ਨੂੰ ਆਪਣੀ ਗਲਤੀ ਦੀ ਮਾਫੀ ਮੰਗਣੀ ਚਾਹੀਦੀ ਹੈ ਉਹ ਇਹ ਕਹਿੰਦਾ ਕਿ ਸਲਮਾਨ ਖਾਨ ਸਾਨੂੰ ਵੱਡੀ ਰਕਮ ਦੇ ਰਿਹਾ ਸੀ ਪਰ ਅਸੀਂ ਇਨਕਾਰ ਕਰ ਦਿੱਤਾ ਸਾਨੂੰ ਉਹਦੀ ਮਾਫੀ ਚਾਹੀਦੀ ਹੈ ਅੱਗੇ ਉਹ ਕਹਿੰਦਾ ਕਿ ਲੌਰੈਂਸ ਬਿਸ਼ਨੋਈ ਅਤਵਾਦੀ ਨਹੀਂ ਹੈ ਤੇ ਕਿਸੇ ਨੂੰ ਪੈਸੇ ਲਈ ਨਹੀਂ ਮਾਰਦਾ ਗੈਂਗਸਟਰ ਜ਼ਰੂਰ ਆ ਮੈਂ ਸਿੱਧੂ ਮੂਸੇਵਾਲੇ ਦੇ ਬਾਰੇ ਉਹ ਕਹਿੰਦਾ ਕਿ ਪੁੱਤ ਦੀ ਮੌਤ ਤੋਂ ਬਾਅਦ ਪਿਤਾ ਉਹਦਾ ਸਿਆਸਤ ਕਰ ਰਿਹਾ ਉਹਦੇ ਬਾਰੇ ਇਹ ਵੀ ਕਹਿੰਦਾ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਸਾਡਾ ਹੋਰ ਕੋਈ ਲੈਣਾ ਦੇਣਾ ਨਹੀਂ ਨਾ ਅਸੀਂ ਉਹਨੂੰ ਕੋਈ ਹੋਰ ਧਮਕੀਆਂ ਦੇ ਰਹੇ ਪਰ ਉਹ ਸਾਨੂੰ ਲਗਾਤਾਰ ਧਮਕੀਆਂ ਦੇ ਰਿਹਾ ਸਾਡੇ ਪਿੱਛੇ ਪਿਆ ਹੋਇਆ ਤੇ ਦੋ ਮੂਸੇ ਵਾਲੇ ਦਾ ਪਿਤਾ ਬਲਕੌਰ ਸਿੰਘ ਦੇ ਬਾਰੇ ਉਹ ਕਹਿ ਰਿਹਾ ਅੱਗੇ ਐਂਡ ਤੇ ਜਾ ਕੇ ਉਹ ਕਹਿੰਦਾ ਕਿ ਸਿੱਧੂ ਮੂਸੇ ਵਾਲੇ ਦੀ ਮੌਤ ਪਹਿਲੀ ਨਹੀਂ ਹੈ ਤੇ ਆਖਰੀ ਵੀ ਨਹੀਂ ਹੈ ਜੀ ਸਿੱਧੂ ਮੂਸੇ ਵਾਲੇ ਦੇ ਕਤਲ ਤੇ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਤੇ ਇਸ ਤਰ੍ਹਾਂ ਗੱਲ ਕੀਤੀ ਕਿ ਜਿੱਦਾਂ ਉਸ ਤੋਂ ਪਹਿਲਾਂ ਕਿਸੇ ਦੀ ਮੌਤ ਨਾ ਹੋਈ ਹੋਵੇ ਤੇ ਆਪਣੇ ਬਾਰੇ ਉਹ ਕਹਿੰਦਾ ਕਿ ਮੈਨੂੰ ਗੈਂਗਸਟਰ ਬੰਦ ਤੇ ਕੋਈ ਅਫਸੋਸ ਨਹੀਂ ਹੈ ਤੇ ਇਹ ਰੱਬ ਦੀ ਮਰਜ਼ੀ ਹੋएगी ਫੇਰ ਉਹ ਕਹਿੰਦਾ ਕਿ ਮੈਂ ਗੈਂਗਸਟਰ ਜ਼ਰੂਰ ਹਾਂ ਮੈਂ ਅਤਵਾਦੀ ਨਹੀਂ ਮੈਂ ਰਾਸ਼ਟਰਵਾਦੀ ਮੈਂ ਦੇਸ਼ ਦੇ ਹਿੱਤ ਦੇ ਵਿੱਚ ਆ ਵੱਡੀਆਂ-ਵੱਡੀਆਂ ਗੱਲਾਂ ਕਰਦਾ ਉਹ ਕਹਿੰਦਾ ਕਿ ਇੱਥੇ ਖਾਲਿਸਤਾਨ ਦੀ ਮੈਂ ਕੋਈ ਮਦਦ ਨਹੀਂ ਕਰਦਾ ਮੇਰੇ ਲਈ ਖਾਲਿਸਤਾਨ ਕੁਛ ਨਹੀਂ ਹੈ ਮੈਂ ਇੰਡੀਅਨ ਆ ਇਹ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਜੁੜੀਆਂ ਨੇ ਉਹਨੇ ਇਸ ਇੰਟਰਵਿਊ 'ਚ ਕੀਤੀਆਂ ਨੇ ਜੀ ਪਰ ਇਸ ਸਾਰਾ ਕੁਝ ਤਾਣਾ ਬਾਣਾ ਜਿਹੜਾ ਉਹਨੇ ਬਿਆਨ ਕੀਤਾ ਉਹਦੇ ਵਿੱਚ ਸਾਨੂੰ ਸਮਝ ਆਉਂਦੀ ਹੈ ਕਿ ਕਿੰਨੀ ਵੱਡੀ ਖੇਡ ਹੈ ਇਹ ਅਸਲ ਵਿੱਚ ਹੁਣ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਫੜੇ ਗਏ ਨੇ ਹੁਣ ਉਹ ਕਹਿ ਰਹੇ ਨੇ ਕਿ ਬੱਬੂ ਮਾਨ ਦੇ ਕਤਲ ਦੀ ਵੀ ਅਸੀਂ ਸਾਜ਼ਿਸ਼ ਬਣਾ ਰਹੇ ਸੀ ਘੜ ਰਹੇ ਸੀ ਸੋ ਇਸ ਤਰ੍ਹਾਂ ਦੀ ਪਲਾਨਿੰਗ ਹੈ ਕਿ ਗੈਂਗਸਟਰイズਮ ਜਿਹੜਾ ਆ ਉਹ ਕੁਝ ਹੁਣ ਜਿਹੜਾ ਜ਼ਿਆਦਾ ਇਸ ਦੇ ਬਾਰੇ ਗੱਲਬਾਤ ਹੋ ਰਹੀ ਹੈ ਪਰ ਇਹ ਬڑے ਲੰਬੇ ਸਮੇਂ ਤੋਂ ਮੈਂ ਸਮਝਦਾ ਕਿ ਇਹ ਸਾਡੇ ਸਮਾਜ ਨੂੰ ਚੁੰਬੜਿਆ ਹੋਇਆ ਸਿਸਟਮ ਹੈ ਇੱਕ ਜੋ ਸਾਡੇ ਰਾਜਨੀਤੀਵਾਨਾਂ ਦਾ ਸਾਡੇ ਅਧਿਕਾਰੀਆਂ ਦਾ ਕੁਛ ਇਤੇ ਕਰਪਟ ਸਿਸਟਮ ਦਾ ਉਹਦੀ ਦੇਣ ਹੈ ਨਹੀਂ ਤੇ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਗੈਂਗਸਟਰ ਬਣ ਕੇ ਕੀ ਉਹਨਾਂ ਨੇ ਲੈਣਾ ਪਰ ਇਹ ਰਾਜਨੀਤੀ ਪੈਸਾ ਚੜਤ ਸ਼ੋਹਰਤ ਸਭ ਕੁਝ ਜਿਹੜਾ ਰਲ ਮਿਲ ਕੇ ਜਿਹੜਾ ਹੈ ਉਹ ਇੱਕ ਭੈੜਾ ਜਿਹਾ ਇੱਕ ਸਿਸਟਮ ਪੇਸ਼ ਕਰਦਾ ਹੈ ਜਿਸ ਦੀ ਉੱਜ ਫਿਰ ਅੰਤ ਵਿੱਚ ਗੈਂਗਸਟਰ ਹੁੰਦੇ ਨੇ ਸੋ ਇਸੇ ਦੀ ਉਪਜੇ ਲਾਰਸ ਮਿਸ਼ਨੋਈ ਵੀ ਆ। ਜੀ ਕੁਲਦੀਪ ਜੀ ਅਗਲੀ ਖਬਰ ਵੱਲ ਰੁੱਕ ਕਰਦੇ ਹਾਂ। ਸ਼ਰਾਬ ਨੂੰ ਲੈ ਕੇ ਇੱਕ ਖਬਰ ਆ ਰਹੀ ਹੈ। ਪਹਿਲਾਂ ਤਾਂ ਸ਼ਰਾਬ ਠੇਕਿਆਂ ਤੇ ਮਿਲਦੀ ਸੀ ਤੇ ਹੁਣ ਦੁਕਾਨਾਂ ਤੇ ਮਿਲਿਆ ਕਰੇਗੀ। ਇਸ ਚੀਜ਼ ਦੇ ਅਸਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? 1 April ਤੋਂ ਇਹ ਜਿਹੜੀ ਸ਼ਰਾਬ ਦੀ ਵਿਕਰੀ ਹੈ ਠੇਕਿਆਂ ਦੇ ਨਾਲ-ਨਾਲ ਕੁਝ ਹੋਰ ਦੁਕਾਨਾਂ ਤੇ ਵੀ ਹੋਣ ਜਾ ਰਹੀ ਹੈ। ਜੀ ਪੰਜਾਬ ਦੇ ਵਿੱਚ 77 ਪੂਰੇ ਪੰਜਾਬ ਚ 77 ਇਹ ਜਾਂ ਦੁਕਾਨਾਂ ਖੁੱਲ ਰਹੀਆਂ ਨੇ ਜਿੱਥੇ ਤੁਸੀਂ ਉਹਨਾਂ ਨੂੰ ਸੋਹਣੇ ਜੇ ਸ਼ੋਰੂਮ ਵਗੈਰਾ ਦਾ ਰੂਪ ਦੇ ਕੇ ਵੇਖਿਆ ਹੋਇਆ ਦੇਖੋਗੇ ਤੇ ਜਿੱਥੇ ਤੁਸੀਂ ਕਾਰਟ ਲੈ ਕੇ ਜਾਂ ਕੋਈ ਹੋਰ ਚੀਜ਼ ਲੈ ਕੇ ਜਿਹੜੀ ਆ ਉਹ ਸ਼ਰਾਬ ਦੀ ਸ਼ਾਪਿੰਗ ਕਰ ਸਕਦੇ ਹੋ ਸਭ ਕੁਝ ਉੱਥੋਂ ਮਿਲੇਗਾ ਹੁਣ ਕਈ ਲੋਕੇ ਕਹਿੰਦੇ ਨੇ ਜੋ ਸਰਕਾਰ ਦੀ ਨੀਤੀ ਹੈ ਚੰਡੀਗੜ੍ਹ ਦੇ ਵਿੱਚ ਪਹਿਲਾਂ ਸਿਸਟਮ ਹੈ ਪੰਜਾਬ ਵਿੱਚ ਵੀ ਕਈ ਜਗ੍ਹਾ ਇਹੋ ਜਿਹਾ ਬਣ ਗਿਆ ਹੈ ਪਰ ਹੁਣ ਸਰਕਾਰੀ ਤੌਰ ਤੇ ਜਿਹੜਾ ਆ ਉਹ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਇਹ ਕੀਤਾ ਜਾ ਰਿਹਾ ਇਸ ਕਰਕੇ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੇ ਮੌਜੂਦਾ ਠੇਕੇ ਨੇ ਉਹਨਾਂ ਦਾ ਸਿਸਟਮ ਸਾਰਿਆਂ ਨੂੰ ਪਤਾ ਹੈ ਕਿ ਭਾਵੇਂ ਅੰਦਰ ਕਰੋੜਾਂ ਦੀ ਸ਼ਰਾਬ ਪਈ ਹੋਵੇ ਭਾਵੇਂ ਕੋਈ 5000 ਦੀ ਬੋਤਲ ਲੈਣ ਗਿਆ ਹੋਵੇ ਤੇ ਉਸ ਨੂੰ ਉਹ ਲੋਹੇ ਦੇ ਜੰਗਲੇ ਦੇ ਵਿੱਚੋਂ ਦੀ ਦੋ ਤਿੰਨ ਮੁਗਗੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਦੀ ਹੱਥ ਪਾ ਕੇ ਤੇ ਚੀਜ਼ ਆਪਣੀ ਜਿਹੜੀ ਖਰੀਦਣੀ ਪੈਂਦੀ ਹੈ ਤੇ ਨਾਲ ਫਿਰ ਉੱਥੇ ਜਿਹੜਾ ਮਾਹੌਲ ਜਿਆ ਹੁੰਦਾ ਤੇ ਆਮ ਤੌਰ ਤੇ ਗਲੋਚ ਛੋਟੀ ਮੋਟੀ ਲੜਾਈ ਪੜਾਈ ਕਿਉਂਕਿ ਕਈ ਸ਼ਖਸ ਜਿਹੜੇ ਨੇ ਉਹਦੇ ਹੀ ਸੇਵਨ ਕਰਕੇ ਤੇ ਫਿਰ ਹੋਰ ਲੈਣਾ ਜਾਂਦੇ ਨੇ ਸੋ ਇਸ ਤਰ੍ਹਾਂ ਦਾ ਮਾਹੌਲ ਉੱਥੇ ਸਿਰਜਿਆ ਜਾਂਦਾ ਹੈ ਕੁੱਲ ਮਿਲਾ ਕੇ ਜਿਹੜਾ ਇੱਕ ਸ਼ਰਾਬ ਤੋਂ ਜਿਹੜੀ ਇੰਨੀ ਇਨਕਮ ਸਰਕਾਰ ਜਿਹੜੀ ਹੈ ਉਹ 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 ਪ੍ਰਾਪਤ ਕਰਦੀ ਆ ਪਰ ਨਾਲ ਦੀ ਨਾਲ ਉਸ ਮਾਹੌਲ ਨੂੰ ਕੁਝ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਜਿਹੜੇ ਸੰਘ ਦੇ ਨੇ ਜਾਣ ਤੋਂ ਉਹਨਾਂ ਠੇਕਿਆਂ ਤੇ ਉਹਨਾਂ ਵਾਸਤੇ ਸਹੂਲਤ ਜਿਹੜੀ ਇਸ ਤਰ੍ਹਾਂ ਦੀ ਦਿੱਤੀ ਗਈ ਹੈ ਜੀ ਫੁੱਲ ਕਸਟਮਰ ਸਰਵਿਸ ਕਿ ਤੁਸੀਂ ਇੱਕ ਇੱਕ ਤੁਹਾਡਾ ਸਮਾਨ ਅਗਰ ਜ਼ਿਆਦਾ ਹੋਵੇ ਤੇ ਤੁਸੀਂ ਜਿਹੜਾ ਉਹ ਲੈ ਕੇ ਵੀ ਜਾ ਸਕਦੇ ਹੋ ਤੇ ਤੁਹਾਨੂੰ ਛੱਡ ਕੇ ਵੀ ਤੁਹਾਡੀ ਗੱਡੀ ਦੇ ਵਿੱਚ ਰੱਖ ਕੇ ਵੀ ਆਉਣਗੇ ਸੋ ਓਵਰਆਲ ਪੰਜਾਬ ਸਰਕਾਰ ਇਸ ਤੋਂ ਆਮਦਨ ਵਧਾਉਣ ਦੇ ਚੱਕਰ ਵਿੱਚ ਆ ਉਹ ਥੋੜਾ ਜਿਹੀ ਵੈਸੇ ਟੈਕਸ ਵਗੈਰਾ ਜਿਹੜੇ ਨੇ ਉਹ ਕੁਝ ਘਟਾ ਕੀਤੇ ਨੇ ਤੇ ਲਾਇਸੈਂਸ ਧਾਰਕਾਂ ਨੂੰ ਥੋੜੀ ਜਿਹੀ ਛੋਟ ਦੇਣ ਦੀ ਗੱਲ ਚੱਲ ਰਹੀ ਹੈ ਪਰ ਇਹ ਨਵੀਂ ਆਪਕਾਰੀ ਨੀਤੀ ਦੇ ਤਹਿਤ ਪਰ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਵੀ ਆ ਚੰਡੀਗੜ੍ਹ ਸਾਡੇ ਗੌਰਮੈਂਟ ਦੇ ਵਿੱਚ ਪਹਿਲਾਂ ਤੋਂ ਇਹ ਪੰਜਾਬ ਦੇ ਵਿੱਚ ਵੀ 77 ਜਿਹੜੇ ਠੇਕੇ ਨੇ ਇਸ ਤਰ੍ਹਾਂ ਦੇ ਇੱਕ ਦੁਕਾਨ ਨਮਾ ਠੇਕੇ ਜਿਹੜੇ ਨੇ ਹੁਣਗੇ ਠੇਕੇ ਬੇਸਿਕਲੀ ਤੇ ਇਹ ਨਹੀਂ ਕਿ ਉਹ ਜਿਹੜਾ ਉਥੇ ਦੇਸੀ ਜਿਹਾ ਮਾਹੌਲ ਹੋਵੇਗਾ ਉਹਨੂੰ ਜਿਹੜਾ ਸੋਹਣਾ ਜਾਂ ਖੂਬਸੂਰਤ ਜਿਹਾ ਬਣਾ ਕੇ ਤੇ ਜਿਹੜੇ ਨਹੀਂ ਵੀ ਸ਼ੌਕੀਨ ਪੀਣਦੇ ਉਹਨਾਂ ਨੂੰ ਜਿਹੜਾ ਇਸ ਲਈ ਪ੍ਰੇਰਿਤ ਕੀਤਾ ਜਾਵੇਗਾ ਕਿ ਤੁਸੀਂ ਹੁਣ ਲਓ ਤੇ ਸਰਕਾਰ ਨੂੰ ਵਾਧੂ ਆਮਦਨ ਹੋਵੇ ਕੁਲਦੀਪ ਜੀ ਅਕਸ਼ੇਸ਼ ਛਾਪੜਾ ਨਾਮ ਦਾ ਇੱਕ ਆਮ ਜਿਹਾ ਬੰਦਾ ਜਿਸਨੇ ਨਸ਼ੇ ਤੋਂ ਕਰੋੜਾਂ ਰੁਪਏ ਕਮਾਇਆ ਤੇ ਹੁਣ ਪੁਲਿਸ ਦੇ ਹੱਥੇ ਚੜਿਆ ਤੇ ਪ੍ਰਾਪਰਟੀਆਂ ਵੀ ਜ਼ਬਤ ਹੋਈਆਂ ਨੇ ਪੂਰੀ ਖਬਰ ਕੀ ਕਹਿੰਦੀ ਹੈ ਇਹ ਲੁਧਿਆਣਾ ਸ਼ਹਿਰ ਦੀ ਖਬਰ ਹੈ ਮਾੜੀ ਜੀ ਅਕਸ਼ੇ ਛਾਵੜਾ ਨਾਂ ਦਾ ਹਲਕਾ ਜਿਹਾ ਮੁੰਡਾ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਫਾਰਮਾਸਿਸਟ ਦੀ ਦੁਕਾਨ ਤੇ ਜੌਬ ਕਰਦਾ ਸੀ ਉਥੇ ਜਦੋਂ ਕੋਈ ਦਵਾਈ ਲੈਣ ਆਉਂਦਾ ਸੀ ਤੇ ਪਰਚੀ ਅੱਗੇ ਕਰ ਦਿੰਦਾ ਦੁਕਾਨਦਾਰ ਦੇ ਅੱਗੇ ਤੇ ਉਹ ਬਾਜ ਮਾਰ ਕੇ ਕਹਿੰਦਾ ਕਾਕਾ ਦਵਾਈਆਂ ਕੱਟ ਕੇ ਦੇਵੇ ਜੀ ਤੇ ਉਹ ਦਵਾਈਆਂ ਕੱਟ ਕੇ ਫੜਾ ਦਿੰਦਾ ਇੱਕ ਆਮ ਜਿਹਾ ਕੰਮ ਹੈ ਜੀ ਵੈਸੇ ਹੈ ਤੇ ਜਾਣਕਾਰੀ ਵਾਰਾ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਦੇ ਰਿਹਾ ਹੋ ਕਿਸਨੂੰ ਤਾਨੂੰ ਨਾਮ ਯਾਦ ਹੋਣੇ ਚਾਹੀਦੇ ਨੇ ਇਹ ਕੰਮ ਕਰਦਾ ਕਰਦਾ ਉਸਦੇ ਫਿਰ ਹੱਥ ਕੁਝ ਐਸਾ ਬਟੇਰਾ ਲਗਾ ਕਿ ਉਹਨੇ ਸੋਚਿਆ ਕਿ ਇਹ ਕੰਮ ਦੇ ਵਿੱਚੋਂ ਮੈਨੂੰ ਕੀ ਮਿਲਣਾ ਹੈ ਸ਼ਾਇਦ ਉਹਨੇ ਵੀ ਕਦੀ ਸੋਚਿਆ ਨਾ ਹੋਵੇ ਕਿ ਹਜ਼ਾਰਾਂ ਲੱਖਾਂ ਦੀ ਗੱਲ ਨਹੀਂ ਇਹ ਤੇ ਕਰੋੜਾਂ ਅਰਬਾਂ ਦੀ ਹੋਣ ਵਾਲੀ ਹੈ ਸਮਝੀ ਹੁਣ ਜੀ ਅਕਸ਼ੇ ਸ਼ਾਵੜਾ ਨੇ ਬਹੁਤ ਵੱਡਾ ਸਾਮਰਾਜ ਕਾਇਮ ਕਰ ਲਿਆ ਡਰੱਗ ਤੋਂ ਪੈਸਾ ਕਮਾ ਕੇ ਸ਼ਰਾਬ ਦੇ ਧੰਦੇ ਦੇ ਵਿੱਚ ਪੈਸਾ ਲਾਇਆ ਤੇ ਲੁਧਿਆਣੇ ਦੇ ਆਸ-પાસ ਬਹੁਤ ਸਾਰੇ ਠੇਕੇ ਜਿਹੜੇ ਪਿਛਲੇ ਦਿਨੀ ਫ੍ਰੀਜ਼ ਕਰ ਦਿੱਤੇ ਗਏ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਖੋਲ ਦਿੱਤਾ ਗਿਆ। ਉਹ ਅਕਸ਼ੇ ਸ਼ਾਵੜਾ ਦੀ ਉਹਨਾਂ ਦੇ ਵਿੱਚ ਵੱਡੀ ਹਿੱਸੇਦਾਰੀ ਹੈ ਹੋਰ ਕੰਪਨੀਆਂ ਵੀ ਹੈਗੀਆਂ ਜ ਜਨਾਂ ਦਾ ਕੰਮ ਠੀਕ ਠਾਕ ਹੈ ਸਾਫ ਸੁਥਰਾ। ਉਹਨਾਂ ਦਾ ਕੋਈ ਚੱਕਰ ਨਹੀਂ। ਅਕਸ਼ੇ ਸ਼ਾਵੜਾ ਇਸ ਵੇਲੇ ਕਾਨੂੰਨ ਦੀ ਗ੍ਰਿਫਤ ਵਿੱਚ ਹੈ। ਉਹਨੇ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਹੈ। ਇੱਕ ਰਾਈਸ ਸ਼ੈਲਿੰਗ ਮਿਲ ਵੀ ਹੈ। ਡਿਸਕੋ ਬਾਰ ਹੈ ਇੱਕ ਜ਼ਿਰਕਪੁਰ ਦੇ ਵਿੱਚ। ਹੋਰ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਜਿਨ੍ਹਾਂ ਦਾ ਕੋਈ ਵੇਰਵਾ ਅਜੇ ਤੱਕ ਸਾਹਮਣੇ ਨਿਕਲ ਕੇ ਆਇਆ ਨਹੀਂ ਸੀ ਜੀ ਪਰ ਹੁਣ ਚੰਡੀਗੜ੍ਹ ਜ਼ੋਨਲ ਯੂਨਿਟ ਜਿਹੜਾ ਨਾਰਕੋਟਿਕਸ ਕੰਟਰੋਲ ਬੋਰਡ ਐਨਸੀਬੀ ਉਹਨੇ 29 ਪ੍ਰਾਪਰਟੀਆਂ ਅਕਸ਼ੇ ਸ਼ਾਵੜਾ ਦੀਆਂ ਜ਼ਬਤ ਕਰ ਦਿੱਤੀਆਂ ਨੇ ਸੀਲ ਕਰ ਦਿੱਤੀਆਂ ਨੇ ਇੱਕੋ ਹੀ ਕੇਸ ਹੈ ਇੱਕੋ ਹੀ ਵਿਅਕਤੀ ਹੈ 29 ਪ੍ਰਾਪਰਟੀਆਂ ਤੇ 40 ਕਰੋੜ ਦੀ ਇਹ ਜਾਇਦਾਦ ਕਟੋ-ਕਟ ਦੱਸੀ ਜਾ ਰਹੀ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਸ ਤਰ੍ਹਾਂ ਜਾਇਦਾਦ ਦੱਸੀ ਜਾਂਦੀ ਹੈ ਜੋ ਸਰਕਾਰੀ ਰੇਟਾਂ ਮੁਤਾਬਕ ਦਸੀ ਜਾਂਦੀ ਤੇ ਸਰਕਾਰੀ ਰੇਟ ਕੋਠੀਆਂ ਵਗੈਰਾ ਦੇ ਜਾਂ ਹੋਰ ਪ੍ਰਾਪਰਟੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੋਣ ਕਮਰਸ਼ਲ ਜੀ ਉਹਨਾਂ ਦਾ ਕਿੰਨਾ ਕੁ ਹੁੰਦਾ ਫਰਕ ਕਿੰਨਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਕਈ ਬੈਂਕ ਖਾਤਿਆਂ ਦੇ ਵਿੱਚ 2 ਕਰੋੜ ਤੋਂ ਵੱਧ ਰਕਮ ਜਿਹੜੀ ਆ ਫੜੀ ਗਈ ਹੈ ਉਹ ਜ਼ਬਤ ਕਰ ਲਈ ਗਈ ਹੈ ਇਹ ਜਿਹੜਾ ਇੰਟਰਨੈਸ਼ਨਲ ਡਰੱਗ ਸਮਗਲਿੰਗ ਰੈਕਟ ਜਿਹੜਾ ਲੁਧਿਆਣੇ ਦੇ ਵਿੱਚੋਂ ਸ਼ੁਰੂ ਹੁੰਦਾ ਸੀ ਤੇ 35 ਕਿਲੋ ਹੈਰੋਇਨ ਜਿਸ ਦੇ ਵਿੱਚ ਅਕਸ਼ੇ ਸ਼ਾਵੜਾ ਤੇ ਅਫਗਾਨਿਸਤਾਨ ਦੇ ਦੋ ਵਿਅਕਤੀ ਵੀ ਫੜੇ ਗਏ ਸੀ ਤੇ ਹੋਰ ਪਤਾ ਨਹੀਂ ਕਿੰਨੇ ਫੜੇ ਗਏ ਵੈਸੇ 42 ਪ੍ਰਾਪਰਟੀਆਂ ਆਇਡੈਂਟੀਫਾਈ ਹੋਈਆਂ ਜੋ ਡਰੱਗ ਦੇ ਪੈਸੇ ਨਾਲ ਬਣਾਈਆਂ ਹੋ ਸਕਦੀਆਂ ਨੇ ਤੇ ਇੱਕ ਅਥਾਰਟੀ ਐ ਭਾਰਤ ਸਰਕਾਰ ਦੀ ਸਫੇਮਾ ਸਮਗਲਰਸ ਐਂਡ ਫੋਰਨ ਐਕਸਚੇਂਜ ਮੈਨਿਪੂਲੇਟਰਸ ਐਕਟ ਇਹਨੇ 29 ਪ੍ਰਾਪਰਟੀਆਂ ਹੁਣ ਉਹਦੇ ਵਿੱਚੋਂ ਫ੍ਰੀਜ਼ ਕਰ ਦਿੱਤੀਆਂ ਨੇ ਵੱਡਾ ਕੇਸ ਐ ਜੀ ਐਨਸੀਬੀ ਨੇ ਆਇਡੈਂਟੀਫਾਈ ਜਿਹੜੀਆਂ ਕੀਤੀਆਂ ਸੀ ਤੇ 25 ਬੈਂਕ ਖਾਤੇ ਜਿਹੜੇ ਆਇਡੈਂਟੀਫਾਈ ਕੀਤੇ ਸੀ ਉਨ੍ਹਾਂ ਦੇ ਵਿੱਚ ਰਕਮ ਜਿਹੜੀ ਹੈ ਉਹ ਜ਼ਬਤ ਕਰ ਲਈ ਗਈ ਹੈ ਉਹ ਫ੍ਰੀਜ਼ ਕਰ ਦਿੱਤੀ ਗਈ ਹੈ ਜੀ ਤੇ ਬਹੁਤ ਸਾਰੇ ਹੋਰ ਕੇਸਾਂ ਦੇ ਵਿੱਚ ਏਜੰਸੀ ਉਹਦੇ ਮਗਰ ਪਈ ਹੋਈ ਹੈ ਜਾਨ ਜੇ ਛੁੱਟਣ ਵਾਲੀ ਨਹੀਂ ਹੈ ਪਰ ਹਰਾਨੀ ਜਾਨ ਖੁਲਾਸੇ ਨਹੀਂ ਮੈਂ ਸਮਝਦਾ ਕਿ ਪੋਲੀਟিক্যাল ਪੈਟਰੋਨੇਜ ਪਾਵ ਕੇ ਰਾਜਨੀਤਿਕ ਜੋ ਉਸ ਨੂੰ ਇੱਕ ਕਿਸਮ ਦੀ ਪ੍ਰੋਟੈਕਸ਼ਨ ਹੈ ਇੰਨੇ ਸਮੇਂ ਦੇ ਵਿੱਚ ਜ਼ਰੂਰ ਹੋਵੇ ਕਿ ਨਹੀਂ ਤੇ ਇੱਕ ਵਿਅਕਤੀ ਇੰਨਾ ਰਾਈਜ਼ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਕਿਹਨੂੰ ਕਿਹਨੂੰ ਚੰਦਾ ਦਿੰਦਾ ਸੀ ਤੇ ਕਿਹਦੇ ਕਿਹਦੇ ਨਾਲ ਯਾਰੀ ਸੀ ਇਹ ਗੱਲਾਂ ਵੀ ਨਿਕਲ ਕੇ ਆਉਣ ਤੇ ਸਵਾਦ ਆਵੇਗਾ ਜੀ ਪਰ ਇਹ ਵਿਅਕਤੀ ਘਟੋ ਘਟ ਸਲਾਖਾਂ ਦੇ ਪਿੱਛੇ ਆ ਤੇ ਸਾਡੇ ਨੌਜਵਾਨਾਂ ਦੇ ਨਾੜਾਂ ਦੇ ਵਿੱਚ ਜ਼ਹਿਰ ਠੱਕਣ ਵਾਲਾ ਇਹ ਜਿਹੜਾ ਵਿਅਕਤੀ ਹੈ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਹੋਣਾ ਚਾਹੀਦਾ ਉਮੀਦ ਕਰਦੇ ਹਾਂ ਕਿ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਵਾਲਾ ਕੇਸ ਹੋਵੇਗਾ ਇਹ ਵੀ ਦੱਸਿਆ ਜਾਂਦਾ ਹੈ ਕਿ ਆਪਣੀਆਂ ਫੈਕਟਰੀਆਂ ਦੇ ਵਿੱਚ ਡਰੱਗ ਦੇ ਇਸ ਤਰ੍ਹਾਂ ਦਾ ਸਿਸਟਮ ਸੀ ਕਿ ਪੈਕਿੰਗ ਵੇਰਾ ਵੀ ਆਪ ਹੀ ਕਰਦਾ ਸੀ ਪ੍ਰੋਡਕਸ਼ਨ ਵੀ ਆਪਣੀ ਚਾਲੂ ਕਰ ਲਈ ਸੀ ਔਰ ਹੋਰ ਬਹੁਤ ਸਾਰੇ ਕਿਸੇ ਲੰਬੇ ਚੌੜੇ ਇਸ ਵਿਅਕਤੀ ਦੇ ਹੋਣਗੇ ਇਕੱਲਾ ਨਹੀਂ ਹੋ ਸਕਦਾ ਜਿਨੇ ਇੰਨਾ ਵੱਡਾ ਸਾਮਰਾਜ ਕਾਇਮ ਕਰ ਲਿਆ ਉਸ ਦੇ ਆਲੇ ਦੁਆਲੇ ਵੱਡਾ ਜਾਲ ਹੋਵੇਗਾ ਉਸ ਜਾਲ ਵਿੱਚ ਕਿੰਨੀਆਂ ਮੱਛੀਆਂ ਨੇ ਉਹ ਸਾਰੀਆਂ ਨੂੰ ਫੜ ਕੇ ਸਾਹਮਣੇ ਲਾਉਣਾ ਚਾਹੀਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਤੇ ਕੰਮ ਕਰੇਗੀ ਜੀ ਹੀਰ ਸਾਬ ਹੁਣ ਚਰਚਾ ਕਰਦੇ ਹਾਂ ਅੱਜ ਤੇ ਆਖਰੀ ਮੁੱਦੇ ਤੇ ਮਨੀਸ਼ਾ ਕੁਲਾਟੀ ਦੀ ਗੱਲ ਕਰਦੇ ਹਾਂ ਮਨੀਸ਼ਾ ਕੁਲਾਟੀ ਨੂੰ ਸਰਕਾਰ ਨੇ ਪਹਿਲ ਉਹ ਅਹੁਦੇ ਤੋਂ ਲਾ ਦਿੱਤਾ ਸੀ ਤੇ ਉਸ ਤੋਂ ਬਾਅਦ ਅਦਾਲਤ ਵਿੱਚ ਚੱਲੇ ਗਈ ਸੀ ਤੇ ਉਸ ਤੋਂ ਬਾਅਦ ਉਸ ਨੂੰ ਉਹਦਾ ਵਾਪਸ ਮਿਲ ਗਿਆ ਸੀ ਤੇ ਇੱਕ ਵਾਰ ਫਿਰ ਸਰਕਾਰ ਨੇ ਅਹੁਦੇ ਤੋਂ ਲਾ ਦਿੱਤਾ ਹੈ ਤੇ ਫਿਰ ਅਦਾਲਤ ਦੇ ਕੋਲ ਚਲ ਗਈ ਹੈ ਤੇ ਕਾਨੂੰਨ ਕੀ ਕਹਿੰਦਾ ਹੈ ਦੇਖੋ ਗੱਲ ਇਹ ਹੈ ਕਿ ਸਰਕਾਰ ਇਸ ਮਾਮਲੇ ਦੇ 6.5 ਦੇ ਵਿੱਚ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਜੀ ਤੇ ਮਨੀਸ਼ਾ ਗੁਲਾਟੀ ਦੇ ਸੁਪਨੇ ਆਉਂਦੇ ਨੇ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਨਹੀਂ ਤੇ ਵਿਮਨ ਕਮਿਸ਼ਨ ਦੀ ਚੇਅਰਪਰਸਨ ਹੈ ਮਹਿਲਾ ਕਮਿਸ਼ਨ ਦੀ ਜੀ ਜੇ ਪਹਿਲਾਂ ਇੱਕ ਵਾਰੀ ਐਕਸਟੈਂਸ਼ਨ ਮਿਲ ਗਈ ਤੇ ਕਿੰਨਾ ਕੁ ਸਮਾਂ ਬਾਕੀ ਰਹਿ ਗਿਆ ਕੁਝ ਮਹੀਨੇ ਹੋਰ ਕੱਟ ਲਓ ਤੁਸੀਂ ਇੱਕ ਖਾਸ ਸਿਸਟਮ ਉਹਦੇ ਮਗਰ ਲਾ ਕੇ ਮਨੀਸ਼ਾ ਗੁਲਾਟੀ ਦੇ ਮੈਂ ਕਹਿੰਦਾ ਉਹਨਾਂ ਦੇ ਹੱਕ ਦੇ ਵਿਰੋਧ ਦੇ ਵਿੱਚ 20 ਗੱਲਾਂ ਹੋਣਗੀਆਂ ਸਾਡੇ ਦੇਖਣ ਵਾਲੇ ਵੀ ਕਹਿਣਗੇ ਕਿ ਉਹਨਾਂ ਨੇ ਕਿਹੜਾ ਕੰਮ ਕੀਤਾ ਆ ਆਵਾਜ਼ ਉਠਾਈ ਸੀ ਆ ਕਿਉਂ ਉਠਾਈ ਇੱਥੇ ਨਹੀਂ ਬੋਲੇ ਠੀਕ ਹੈ ਸਾਰਿਆਂ ਨੂੰ ਪਤਾ ਹੈ ਕਿ ਰਾਮ ਰਹੀਮ ਨੂੰ ਪ੍ਰੋਲ ਦੇਣ ਦੇ ਮੁੱਦੇ ਤੇ ਮਨੀਸ਼ਾ ਗੁਲਾਟੀ ਦਾ ਸਟੈਂਡ ਜਿਹੜਾ ਸੀ ਉਹਨੂੰ ਨਹੀਂ ਪਸੰਦ ਕੀਤਾ ਗਿਆ ਹਾਲਾਂਕਿ ਦਿੱਲੀ ਦੀ ਉਹਨਾਂ ਦੀ ਬਿਲਕੁਲ ਜਿਸ ਤਰ੍ਹਾਂ ਦੀ ਇਹਨਾਂ ਦੀ ਪੋਸਟ ਹੈ ਦਿੱਲੀ ਦੇ ਵਿੱਚ ਜਿਹੜੀ ਪੋਸਟ ਹੈ ਸਵਤੀ ਮਾਲੀਵਾਲ ਦੀ ਬਹੁਤ ਓਪਨ ਲੇਡੀ ਹੈ ਹੋਰ ਉਹਨੇ ਆਪਣੇ ਆਪਣੇ ਪਰਸਨਲ ਵਿਅਕਤੀਗਤ ਜੀਵਨ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਕੋਈ ਦਿਨ ਪਹਿਲਾਂ ਜੀ ਉਹ ਖੁੱਲ ਕੇ ਬੋਲੇ ਨੇ ਕਿ ਰਾਮ ਰਹੀਮ ਨੂੰ ਪ੍ਰੋਲ ਦੇਣ ਦਾ ਕੀ ਮਤਲਬ ਹੈ ਮਨੀਸ਼ਾ ਗੁਲਾਟੀ ਚੁੱਪ ਰਹੇ ਨੇ ਹੋਰ ਵੀ 20 ਕੇਸ ਹੋਣਗੇ ਪਰ ਕੁਝ ਵਿਅਕਤੀਗਤ ਕੇਸ ਸੁਲਝਾਏ ਵੀ ਨੇ ਮਨੀਸ਼ਾ ਗੁਲਾਟੀ ਨੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਨਿਯੁਕਤ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਹੁਣ ਖੁਦ ਭਾਜਪਾ ਵਿੱਚ ਨੇ ਤੇ ਇਹ ਬੀਬੀ ਜੀ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਇਹ ਗੱਲ ਜਿਹੜੀ ਹੈ ਇਹ ਭਗਵੰਤ ਮਾਨ ਸਰਕਾਰ ਨੂੰ ਚੁਭ ਰਹੀ ਹੈ ਠੀਕ ਹੈ ਕਿ ਉਹਨਾਂ ਨੂੰ ਅਗਲੀ ਵਾਰੀ ਐਕਸਟੈਂਸ਼ਨ ਨਾ ਦਿੱਤੀ ਜਾਵੇ ਪਰ ਇਸ ਮਾਮਲੇ ਤੇ ਕਾਫੀ ਸਮਾਂ ਖਰਾਬ ਕੀਤਾ ਜਾ ਰਿਹਾ ਤੇ ਹੁਣ ਮਾਮਲਾ ਫੇਰ ਅਦਾਲਤ ਦੇ ਵਿੱਚ ਹੈ ਜਿਵੇਂ ਤੁਸੀਂ ਆਖਿਆ ਜੀ ਪਹਿਲਾਂ ਉਹਨਾਂ ਨੂੰ ਹਟਾ ਦਿੱਤਾ ਗਿਆ ਇਹ ਕਹਿ ਕੇ ਕਿ ਜਿਹੜੀ ਤੁਹਾਨੂੰ ਐਕਸਟੈਂਸ਼ਨ ਦਿੱਤੀ ਗਈ ਸੀ ਉਹ ਐਕਸਟੈਂਸ਼ਨ ਜਿਹੜੀ ਆ ਉਹ ਸਹੀ ਨਹੀਂ ਸੀ ਉਹ ਇਸ ਤਰ੍ਹਾਂ ਦਿੱਤੀ ਨਹੀਂ ਜਾ ਸਕਦੀ ਉਹ ਕੋਰਟ कोर्ट ਪਹੁੰਚ ਗਏ ਬੀਬੀ ਜੀ کورٹ ਪਹੁੰਚ ਕੇ ਉਹਨਾਂ ਨੇ ਹੁਕਮ ਲੈ ਆਂਦਾ ਕਿ ਐਕਸਟੈਂਸ਼ਨ ਸਹੀ ਸੀ ਤੁਸੀਂ ਮੈਨੂੰ ਨਹੀਂ ਹਟਾ ਸਕਦੇ ਉਹ ਫਿਰ ਬੈਠ ਗਿਆ ਆਪਣੀ ਕੁਰਸੀ ਤੇ ਫਿਰ ਅਗਲਾ ਹੁਕਮ ਪੰਜਾਬ ਸਰਕਾਰ ਨੇ ਚਾੜ ਦਿੱਤਾ ਕਿ ਅਸੀਂ ਐਕਸਟੈਂਸ਼ਨ ਭਾਵੇਂ ਸਹੀ ਹੋਵੇ ਪਰ ਉਹ ਐਕਸਟੈਂਸ਼ਨ ਨੂੰ ਵਾਪਸ ਲੈਂਦੇ ਹੁਣ ਮੇਰਾ ਖਿਆਲ ਹੈ ਕਿ ਹੋਮਵਰਕ ਕੀਤਾ ਹੋਏਗਾ ਨਹੀਂ ਤੇ ਕੋਰਟ ਦੇ ਵਿੱਚ ਜਿਹੜੀ ਕਾਰਵਾਈ ਚੱਲ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਮਨੀਸ਼ਾ ਗੁਲਾਟੀ ਫਿਰ ਪਹੁੰਚੇ ਹੋਏ ਨੇ ਕਿ ਮੇਰੀ ਐਕਸਟੈਂਸ਼ਨ ਨੂੰ ਗਲਤ ਜਿਹੜਾ ਦੱਸਿਆ ਗਿਆ ਸੀ ਉਹ ਤੇ ਤੁਸੀਂ ਵਾਪਸ ਕਰ ਦਿੱਤੀ ਹੁਣ ਇਸ ਹੁਕਮ ਨੂੰ ਵੀ ਵਾਪਸ ਕਰਦੇ ਹੋ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਐਕਸਟੈਂਸ਼ਨ ਨੂੰ ਹੀ ਵਾਪਸ ਲਿਆ ਜਾਂਦਾ ਸਹੀ ਚੀਜ਼ ਹੈ ਗਲਤ ਉਹ ਇੱਕ ਵੱਖਰੀ ਗੱਲ ਹੈ ਕੋਰਟ ਨੇ ਤੇ ਫੈਸਲਾ ਦੇ ਦੇਣਾ ਪਰ ਪੰਜਾਬ ਸਰਕਾਰ ਇਸ ਮਾਮਲੇ ਤੇ ਕਾਫੀ ਸਮਾਂ ਲਾ ਰਹੀ ਹੈ ਅਜੇ ਸਾਨੂੰ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਪਏਗਾ ਜੇ ਕੋਰਟ ਉਹਨਾਂ ਦੇ ਹੱਕ ਦੇ ਵਿੱਚ ਮਨੀਸ਼ਾ ਗਲਟੀ ਜੇ ਇੱਕ ਵਾਰੀ ਫੇਰ ਫੈਸਲਾ ਦੇ ਦਿੰਦੀ ਹੈ ਫਿਰ ਪੰਜਾਬ ਸਰਕਾਰ ਲਈ ਨਮੋਸ਼ੀ ਹੋਵੇਗੀ ਨਹੀਂ ਤੇ ਫਿਰ ਜਿੱਤ ਹੋਵੇਗੀ ਕੁਲਦੀਪ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਦਸ਼ਕਾ ਦੇ ਨਾਲ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅੱਜ ਕੱਲ ਇਸੇ ਵੇਲੇ ਤੇ ਇਕ ਤੇਰਵੋ ਪੰਜਾਬੀ ਨੈਸ਼ਨਲ ਟੀਵੀ ਉਮੀਦ ਤੁਹਾਡੀ ਕੋਸ਼ਿਸ਼ ਸਾਡੀ ਸਸਿਕਾ